ਕਾਂਗਰਸ ਦੀ ਗੱਲ ਕਰੀਏ ਤੇ ਪਰਿਵਾਰਵਾਦ ਕਰਕੇ ਖੈਬਾਜੀ ਕਰਕੇ ਇਹ ਅਰਸ਼ ਤੋਂ ਫਰਸ਼ ਤੇ ਡਿੱਗੇ ਨੇ ਬਹੁਤ ਬੁਰੀ ਹਾਲਤ ਹੈ ਇਸ ਵੇਲੇ ਕਾਂਗਰਸ ਦੀ ਸਮੁੱਚੇ ਦੇਸ਼ ਦੀ ਮੈਂ ਗੱਲ ਕਰ ਰਹੀ ਆ ਸਵਾਲ ਮੇਰਾ ਇਹ ਹੈ ਕਿ ਪ੍ਰਧਾਨ ਬਦਲਣ ਨਾਲ ਕੀ ਵਾਪਸ ਪੈਰਾਸਰ ਖੜੀ ਹੋ ਜੂਗੀ ਕਾਂਗਰਸ ਇਸ ਗੱਲ ਤੇ ਵੀ ਵਿਚਾਰ ਕਰਦੇ ਆ ਕਿ ਦੁਬਾਰਾ ਕਾਂਗਰਸ ਖੜੀ ਹੋਵੇਗੀ ਜਾਂ ਨਹੀਂ ਪਰ ਇਹ ਬਿਲਡ ਅਪ ਜਿਹੜਾ ਹੈ ਕਿ ਕਿਸ ਤਰ੍ਹਾਂ ਮਲਕਾਰਜਨ ਖੜਗੇ ਪ੍ਰਧਾਨ ਬਣੇ ਨੇ ਉਸ ਦੀ ਗੱਲ ਥੋੜੀ ਜੀ ਕਰ ਲਈਏ ਕਰਨਾਟਕ ਦੇ ਉਹ ਵਸਨੀਕ ਨੇ ਔਰ ਜਗਜੀਵਨ ਰਾਮ ਤੋਂ ਬਾਅਦ ਦੂਸਰੀ ਵਾਰੀ ਦਲਿਤ ਆਗੂ ਜਿਹੜਾ ਹੈ ਉਸ ਨੂੰ ਕਾਂਗਰਸ ਦੇ ਪ੍ਰੈਜ਼ੀਡੈਂਟ ਬਜਾਓ ਕੁਰਸੀ ਮਿਲੀ ਹੈ 137 ਸਾਲ ਪੁਰਾਣੀ ਪਾਰਟੀ ਦੱਸਦੀ ਹੈ ਤੇ 6ਵੀਂ ਵਾਰ ਸਿਰਫ ਇਸ ਦੀ ਚੋਣ ਹੋਈ ਹੈ ਰਜੀਵ ਗਾਂਧੀ ਦਾ ਜਦੋਂ ਕਤਲ ਹੋ ਜਾਂਦਾ ਤਾਂ ਉਸ ਤੋਂ ਬਾਅਦ ਪੀਪੀ ਨਰਸਿਮਹਾ ਰਾਓ ਤੇ ਫਿਰ ਸੀਤਾ ਰਾਮ ਕੇਸਰੀ ਉਹ ਤੁਹਾਨੂੰ ਪਤਾ ਹੈ ਕਿ ਉਸ ਤੋਂ ਬਾਅਦ ਅਟਲ ਵਿਹਰੀ ਬਾਜਪੀ ਦੀ ਸਰਕਾਰ ਆਉਂਦੀ ਹੈ ਫਿਰ ਵਿੱਚ ਹੋਰ ਸਰਕਾਰਾਂ ਵੀ ਆਉਂਦੀਆਂ ਨੇ ਪਰ ਜਦੋਂ ਤੱਕ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਪੱਕੀ ਸਰਕਾਰ 5 ਸਾਲ ਵਾਸਤੇ ਬਣਦੀ ਹੈ ਡਾਕਟਰ ਪਰਮੋਣ ਸਿੰਘ ਪ੍ਰਧਾਨ ਮੰਤਰੀ ਬਣਦੇ ਨੇ ਉਦੋਂ ਤੱਕ ਸੋਨੀਆ ਗਾਂਧੀ ਦੁਬਾਰਾ ਆਪਣੇ ਕਾਂਗਰਸ ਪ੍ਰੈਜ਼ੀਡੈਂਟ ਦੀ ਗੱਦੀ ਤੇ ਬਰਾਜਮਾਨ ਹੋ ਚੁੱਕੇ ਹੁੰਦੇ ਨੇ ਰਾਹੁਲ ਗਾਂਧੀ ਨੂੰ ਥਾਪ ਦਿੱਤਾ ਜਾਂਦਾ ਹੈ ਉਸੇ ਟਰਮ ਦੇ ਵਿੱਚ ਪਰ ਅਗਲੇ ਜਿਹੜੇ ਸਾਲ ਨੇ ਬੜੇ ਔਖੇ ਲੱਗਦੇ ਨੇ 2014 ਤੋਂ ਲੈ ਕੇ ਹੁਣ ਤੱਕ 8 ਸਾਲ ਜਿਹੜੇ ਨੇ ਕਾਂਗਰਸ ਬਿਲਕੁਲ ਰਸਤਲ ਵੱਲ ਜਾ ਰਹੀ ਹੈ ਕੁਝ ਸੂਬਿਆਂ ਦੇ ਵਿੱਚ ਸਰਕਾਰਾਂ ਬਣੀਆਂ ਵੀ ਜਿੰਨੇ ਚੋਂ ਪੰਜਾਬ ਇੱਕ ਸੀ ਕੁਝ ਸੂਬਿਆਂ ਵਿੱਚ ਅਜੇ ਸਟਰੋਂਗ ਹੈ ਮਾੜੀ ਮੋਟੀ ਲੇਕਿਨ ਜ਼ਿਆਦਾਤਰ ਹਾਲਤ ਮੰਦੀ ਹੈ ਭਾਰਤੀ ਜਨਤਾ ਪਾਰਟੀ ਕਾਂਗਰਸ ਮੁਕਤ ਭਾਰਤ ਦਾ ਨਾਰਾ ਦੇ ਚੁੱਕੀ ਹੈ ਇਹ ਸਭ ਦੇ ਚੱਲਦੇ ਆ तकरीबन 10 ਕੋ ਹਜ਼ਾਰ ਦੇ ਆਸ-ਪਾਸ ਜਿਹੜੀ ਵੋਟ ਹੈ ਕੋਈ 9000 ਕੁਝ ਵੋਟਾਂ ਜਿਹੜੀਆਂ ਨੇ ਉਹ ਕਾਂਗਰਸ ਦੇ ਮੈਂਬਰਾਂ ਨੇ ਪਾਈਆਂ ਨੇ ਦੇਸ਼ ਦੇ ਵੱਖ-ਵੱਖ ਥਾਵਾਂ ਵਿੱਚ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਵੀ ਪਈਆਂ ਤੇ ਦੇਸ਼ ਦੇ ਕੋਈ ਹਰ ਖੁੰਜੇ ਦੇ ਵਿੱਚ ਪਈਆਂ ਪੰਜਾਬ ਦੇ ਵਿੱਚ ਵੀ ਜੰਮੂ ਕਸ਼ਮੀਰ ਵਿੱਚ ਵੀ ਕੇਰਲਾ ਦੇ ਵਿੱਚ ਵੀ ਮਹਾਰਾਸ਼ਟਰ ਦੇ ਵਿੱਚ ਵੀ ਸਭ ਪਾਸੇ ਉਹਨਾਂ ਵਿੱਚੋਂ ਕੁਝ ਐਬਸੈਂਟ ਹੋਏ ਕੁਝ ਦੀਆਂ ਵੋਟਾਂ ਜਿਹੜੀਆਂ ਸੀ ਉਹ ਰੱਦ ਹੋ ਗਈਆਂ 416 ਦੇ ਲਗਭਗ ਮਲਕ ਅਰਜਨ ਖੜਗੇ ਨੂੰ 7897 ਵੋਟਾਂ ਮਿਲੀਆਂ ਤੇ ਸ਼ਸ਼ੀ ਥਰੂਰ ਨੂੰ ਸਿਰਫ 1000 ਦੇ ਲਾਗੇ ਵੋਟ ਮਿਲੀਆਂ ਮੈਂ ਦੋਨਾਂ ਦਾ ਥੋੜਾ ਜਿਹਾ ਮੁਕਾਬਲਾ ਕਰਨਾ ਹੈ ਮਲਕ ਅਰਜਨ ਖੜਗੇ ਜਿਹੜੇ ਨੇ ਜਿਵੇਂ ਪਹਿਲਾਂ ਦੱਸਿਆ ਕਿ ਕਰਨਾਟਕ ਤੋਂ ਦਲਿਤ ਵਿਧਾਇਕ ਨੇ ਵਿਧਾਇਕ ਇਸ ਵੇਲੇ ਰਾਜ ਸਭਾ ਦੇ ਮੈਂਬਰ ਨੇ 2019 ਚੋਂ ਚੋਣ ਹਾਰੇ ਹੋਏ ਨੇ ਉਸ ਤੋਂ ਪਹਿਲਾਂ ਦੋ ਵਾਰੀ ਲੋਕ ਸਭਾ ਮੈਂਬਰ ਬਣ ਚੁੱਕੇ ਨੇ ਵਿਧਾਨ ਸਭਾ ਦੇ ਵਿੱਚ ਵੀ ਉਹ ਜਾ ਚੁੱਕੇ ਨੇ ਠੰਡੇ ਜੇ ਆਗੂ ਨੇ ਤੇ ਕਾਂਗਰਸ ਦੇ ਜਿਹੜਾ ਜਿਸ ਪਰਿਵਾਰ ਦੇ ਕੋਲ ਕਾਂਗਰਸ ਦੀ ਵਾਕ ਡੋਰ ਸੀ ਲੰਬੇ ਸਮੇਂ ਤੋਂ ਅਜੇ ਵੀ ਰਿਮੋਟ ਕੰਟਰੋਲ ਉਹਨਾਂ ਕੋਲ ਦੱਸਿਆ ਜਾਂਦਾ ਹੈ ਉਹਨਾਂ ਦੇ ਬਹੁਤ ਨਜ਼ਦੀਕੀ ਨੇ ਪੰਗੇਬਾਜ਼ ਨਹੀਂ ਤੇ ਠੰਡੇ ਜੇ ਰਹਿ ਕੇ ਪਾਰਟੀ ਵਿੱਚ ਕੰਮ ਕਰਨ ਵਾਲੇ ਆਗੂ ਨੇ ਉਹਨਾਂ ਦਾ ਇੱਕ ਬਿਆਨ ਬੜਾ ਮਸ਼ਹੂਰ ਹੋਇਆ ਸੀ ਕਿਸੇ ਸਮੇਂ ਤੇ ਉਹ ਕਹਿੰਦੇ ਸੀ ਕਿ ਦਿਲ ਨਹੀਂ ਮਿਲਦੇ ਤੇ ਘੱਟੋ-ਘੱਟ ਹੱਥ ਤੇ ਮਿਲਾ ਕੇ ਚੱਲੋ ਹੂੰ ਤਾਂ ਕਿ ਮਜ਼ਬੂਤੀ ਲਈ ਕੰਮ ਕੀਤਾ ਜਾ ਸਕੇ ਜੀ ਹੁਣ ਮਲਕਰਜਨ ਖੜਕੇ ਜਿਹੜੇ ਨੇ ਨਵੇਂ ਪ੍ਰਧਾਨ ਚੁਣ ਲੈ ਗਏ ਨੇ ਤੇ ਬਹੁਤ ਵੱਡੇ ਫਰਕ ਨਾਲ ਚੁਣ ਲੈ ਗਏ ਔਰ ਇਹ ਪਹਿਲਾਂ ਹੀ ਪਤਾ ਸੀ ਇਸ ਗੱਲ ਦਾ ਕਿ ਜੋ VOTING ਪੈਟਰਨ ਚੱਲ ਰਿਹਾ ਉਸ ਮੁਤਾਬਕ ਜਿਸ ਵਿਅਕਤੀ ਨੂੰ ਗਾਂਧੀ ਪਰਿਵਾਰ ਦਾ ਥਾਪੜ ਹੈ ਉਹ ਹੀ ਚੋਣ ਜਿੱਤ ਜਾਵੇਗਾ ਸੋ ਨਤੀਜੇ ਆ ਗਏ ਨੇ ਨਤੀਜੇ ਆਉਣ ਤੋਂ ਪਹਿਲਾਂ ਸ਼ਸ਼ੀ ਥਰੂਰ ਤੇ ਉਹਨਾਂ ਦੀ ਕੈਂਪੇਨ ਮੈਨੇਜਰ ਤੇ ਉਹਨਾਂ ਦੇ ਹੋਰ ਟੀਮ ਨੇ ਬਹੁਤ ਜਿਹੀ ਸ਼ਿਕਾਇਤਾਂ ਕੀਤੀਆਂ ਕਾਂਗਰਸ ਦਾ ਜੋ ਅੰਦਰੂਨੀ ਚੋਣ ਸਿਸਟਮ ਹੈ ਉਸ ਅਧਿਕਾਰੀ ਨੂੰ ਕਿ ਪਾਈ ਯੂਪੀ ਪੰਜਾਬ ਤੇ ਹੋਰ ਕਈ ਖੇਤਰਾਂ ਦੇ ਵਿੱਚ ਡ੍ਰੈਗਿੰਗ ਹੋਈ ਹੈ ਇੱਥੇ ਵੋਟਾਂ ਸਹੀ ਤਰੀਕੇ ਨਾਲ ਨਹੀਂ ਪਈਆਂ ਦੇਖਿਆ ਜਾਵੇ ਕੀ ਗੱਲ ਹੈ ਉਹ ਜਾਂਚ ਚੱਲੇਗੀ ਪਰ VOTING ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਮੈਨੂੰ ਲੱਗਦਾ ਨਹੀਂ ਕਿ ਉਸ ਦਾ ਕੁਝ ਬਣੇਗਾ ਪਰ ਫੜਫੜਾਉਂਦੇ ਰਹੇ ਸ਼ਸ਼ੀ ਥਰੂ ਇੱਥੋਂ ਤੱਕ ਕਿ ਉਹ ਆਪਣੇ ਕੇਰਲਾ ਵਾਲੇ ਟਿਕਾਣੇ ਤੋਂ ਵੀ ਬਾਹਰ ਬਹੁਤਾ ਨਹੀਂ ਨਿਕਲੇ ਉਹਨਾਂ ਨੇ ਆਪਣੀ ਜਗ੍ਹਾ ਤੋਂ ਰਹਿ ਕੇ ਕੰਪਲੇਨ ਕਰਨ ਦੀ ਟਰਾਈ ਕੀਤੀ ਮਲਕਰਜਨ ਖੜਕੇ ਜਿਹੜੇ ਸੀ ਦਿੱਲੀ ਵਗਾਰਾ ਦੇ ਵਿੱਚ ਵੇਖੇਗਾ ਜੀ ਦੋਨਾਂ ਦੇ ਵਿਅਕਤੀਤਵ ਦੀ ਗੱਲ ਕਰਦੇ ਆ। ਹਮਮ ਖੜਕੇ ਤਾਂ ਮੈਂ ਆਪ ਜੀ ਨੂੰ ਦੱਸ ਚੁੱਕਾ ਹਾਂ ਕਿ ਉਹ ਥੋੜੇ ਹੋਰ ਕਿਸਮ ਦੇ ਨੇ 80 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈ। ਤੇ ਸ਼ਸ਼ੀ ਧਰੂੜ ਜਿਹੜੇ ਨੇ ਉਹਨਾਂ ਨਾਲ ਉਹਨਾਂ ਦੀ ਪਛਾਣ ਬਡੇਰੀ ਹੈ। ਸ਼ਾਰਟਕ ਸਾਲ ਉਹਨਾਂ ਦੀ ਉਮਰ ਹੈ। ਇੱਕ ਤੇ ਇਹ ਹੈ ਕਿ ਉਹਨਾਂ ਦਾ ਪਰਸਨਲ ਲਾਈਫ ਜਿਹੜਾ ਉਸ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਕਿ ਮੈਂ ਇੱਥੇ ਵੀ ਉਹਨੂੰ ਇਸ ਤਰ੍ਹਾਂ ਡਿਸਕਸ ਕਰਾਂਗਾ ਕਿ ਉਹਨਾਂ ਦੀ ਆਪਣੀ ਲਾਈਫ ਹੈ। ਪਰ ਬਾਦ-ਬਿਵਾਦ ਦੇ ਵਿੱਚ ਆ ਕੇ ਸੀ ਜਦੋਂ ਸੁਨੰਦਾ ਪੁਸ਼ਕਰ ਨਾਲ ਉਹਨਾਂ ਦਾ ਕੋਈ ਸਲਫੇਨਰ ਵਿਆਹ ਹੁੰਦਾ ਹੈ। ਤੇ ਭੇਤ ਭਰੇ ਹਾਲਾਤ ਦੇ ਵਿੱਚ ਸੁਨੰਦਾ ਪੁਸ਼ਪਕਰ ਦੀ ਮੌਤ ਹੋ ਜਾਂਦੀ ਹੈ ਉਸ ਕੇਸ ਦੇ ਵਿੱਚ ਸ਼ਸ਼ੀ ਥਰੂਰ ਕੋਲੋਂ ਵੀ ਪੁਸ਼ਕਿਸ਼ ਹੁੰਦੀ ਹੈ ਪਰ ਉਹ ਸਾਫ਼ ਪਾਕ ਸਾਫ਼ ਬਚ ਨਿਕਲਦੇ ਨੇ ਉਸ ਦੇ ਵਿੱਚੋਂ ਕੋਈ ਉਹਨਾਂ ਤੇ ਇਲਜ਼ਾਮ ਨਹੀਂ ਹੈ ਇਸ ਤੋਂ ਪਹਿਲਾਂ ਬਹੁਤ ਵੱਡੀ ਪੋਸਟ ਤੇ ਕੰਮ ਕਰ ਚੁੱਕੇ ਨੇ ਇੰਗਲੈਂਡ ਦੇ ਬੋਰਨ ਨੇ ਉੱਥੇ ਦੇ ਉੱਥੇ ਦੇ ਪੈਦਾ ਹੋਏ ਨੇ ਪਰ ਉਹਨਾਂ ਦਾ ਪਾਲਣ ਪੋਸ਼ਣ ਭਾਰਤ ਦੇ ਵਿੱਚ ਹੋਇਆ ਕੇਰਲਾ ਦੇ ਵਿੱਚ ਬੋਲੀਆਂ ਕਾਫੀ ਸਾਰੀਆਂ ਬੋਲਦੇ ਨੇ ਆਪਣੀ ਬੋਲੀ ਬੋਲਦੇ ਨੇ ਤੇ ਅੰਗਰੇਜ਼ੀ ਇਸ ਤਰ੍ਹਾਂ ਦੀ ਬੋਲਦੇ ਨੇ ਫਰਾਟੇਦਾਰ ਰੇਡੀਓਮੈਟਿਕ ਤੇ ਹੋਰ ਦੌਰ ਟ੍ਰਿਕ ਦੇ ਇਤਿਹਾਸ ਦੇ ਬਾਰੇ ਤੇ ਬਹੁਤ ਸਾਰੀਆਂ ਫਰੇਜ਼ਰ ਟਰਮਸ ਜਿਹੜੀਆਂ ਨੇ ਉਹ ਇੰਗਲਿਸ਼ ਦੇ ਵਿੱਚ ਸੁਣਾਉਂਦੇ ਨੇ ਜਿੱਥੇ ਬੋਲਦੇ ਨੇ ਉਹ ਬਹੁਤ ਵੱਡੇ ਔਰਟਰ ਵਜੋਂ ਮੰਨੇ ਜਾਂਦੇ ਨੇ ਦੁਨੀਆ ਭਰ ਵਿੱਚ ਉਹਨਾਂ ਦੀ ਪੈਂਠ ਹੈ ਇਸ ਗੱਲ ਦੀ ਹੁਣ ਗੱਲ ਕਰਦੇ ਹਾਂ ਕਿ ਸ਼ਸ਼ੀ ਥਰੂਰ ਕਿਹੜੀ ਪੋਸਟ ਤੇ ਰਹੇ ਨੇ ਸੰਯੁਕਤ ਰਾਸ਼ਟਰ ਯੂਨਾਈਟਿਡ ਨੇਸ਼ਨ ਦੇ ਵਿੱਚ ਅੰਡਰ ਸੈਕਟਰੀ ਵਜੋਂ ਉਹਨਾਂ ਨੇ ਕੋਫੀ ਅਨਾਨ ਦੇ ਅੰਡਰ ਕਮ ਕੀਤਾ ਹੋਇਆ ਕੋਫੀ ਅਨਾਨ ਜੋ ਉਸ ਵੇਲੇ ਸੈਕਟਰੀ ਜਨਰਲ ਸਨ ਜਨਰਲ ਸੈਕਟਰੀ ਜਨਰਲ ਤੇ ਜਦੋਂ ਕੋਫੀ ਨਾਂ ਦੀ ਮਿਆਦ ਖਤਮ ਹੋਣ ਵਾਲੀ ਹੁੰਦੀ ਹੈ ਤੇ ਸ਼ਸ਼ੀ ਥਰੂਰ ਜਿਹੜੇ ਨੇ ਉਮੀਦਵਾਰ ਬਣ ਜਾਂਦੇ ਨੇ ਸੈਕਟਰੀ ਜਨਰਲ ਦੀ ਅਗਲੀ ਪੋਸਟ ਵਾਸਤੇ ਸੰਯੁਕਤ ਰਾਸ਼ਟਰ ਤੁਹਾਨੂੰ ਪਤਾ ਹੈ ਕਿ ਵੀਟੋ ਪਾਵਰਾਂ ਦੇ ਨਾਲ ਵੀ ਚੱਲਦਾ ਹੈ ਕੁਝ ਦੇਸ਼ਾਂ ਦਾ ਵੱਧ ਦਬਦਬਾ ਹੈ ਉੱਥੇ ਤੇ ਆਮ ਤੌਰ ਤੇ ਛੋਟੇ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਹੀ ਸੈਕਟਰੀ ਜਨਰਲ ਬਣਾਇਆ ਜਾਂਦਾ ਉਹਨਾਂ ਤੋਂ ਕੋਫੀ ਨਾਂ ਤੋਂ ਬਾਅਦ ਜਦੋਂ ਸ਼ਸ਼ੀ ਥਰੂਰ ਇਸ ਦੌੜ ਦੇ ਵਿੱਚ ਸ਼ਾਮਲ ਹੋ ਗਏ ਤਾਂ ਉਹਨਾਂ ਦੇ ਵਿਰੋਧੀ ਸਨ ਬਾਨਕੀ ਮੂਨ ਸੌ ਕੋਰੀਆ ਦੇ ਬਾਨਕੀ ਮੂਨ ਦੇ ਨਾਲ ਉਹਨਾਂ ਦਾ ਮੁਕਾਬਲਾ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਇਹ ਗੱਲ ਆਮ ਤੌਰ ਤੇ ਜੋ ਵੀਟੋ ਪਾਵਰ ਵਾਲੇ ਕੰਟਰੀ ਉਹਨਾਂ ਦੇ ਹਲਕਿਆਂ ਵਿੱਚ ਇਹ ਦਬਵੀਂ ਆਵਾਜ਼ ਕਹੀ ਜਾਂਦੀ ਸੀ ਕਿ ਸੰਯੁਕਤ ਰਾਸ਼ਟਰ ਦਾ ਯੂਨਾਈਟਿਡ ਨੇਸ਼ਨ ਦਾ ਉਹ ਮੁਖੀ ਸਾਨੂੰ ਨਹੀਂ ਚਾਹੀਦਾ ਜਿਹੜਾ ਆਪਣਾ ਦਿਮਾਗ ਬਹੁਤਾ ਰੱਖਦਾ ਹੋਵੇ ਜਾਂ ਕੋਈ ਆਪਣੀ ਗੱਲ ਕਰਦਾ ਹੋਵੇ ਸਾਡੇ ਛਾਣੇ ਤੇ ਚੱਲਣ ਵਾਲਾ ਸਾਨੂੰ ਚਾਹੀਦਾ ਤੇ ਕੋਫੀ ਨਾਨ ਆਪਣੇ ਤੌਰ ਤੇ ਚੱਲਣ ਵਾਲੇ ਸਨ ਪਰ ਇਸ ਕਰਕੇ ਸ਼ਸ਼ੀ ਥਰੂਰ ਕਿਉਂਕਿ ਆਪਣੇ ਮਾਈਂਡ ਦੀ ਗੱਲ ਕਰਦੇ ਨੇ ਆਪਣੇ ਦਿਮਾਗ ਦੇ ਹਿਸਾਬ ਨਾਲ ਚੱਲਦੇ ਨੇ ਇਸ ਕਰਕੇ ਉਹ ਪਸੰਦ ਨਹੀਂ ਹੈ ਸੀ ਪਹਿਲੀ ਭਾਰਤ ਸਰਕਾਰ ਨੇ ਉਹਨਾਂ ਦੀ ਦਾਵੇਦਾਰੀ ਨੂੰ ਹਮਾਇਤ ਦਿੱਤੀ ਪਰ ਥੋੜਾ ਜਿਹਾ ਫਰਕ ਨਾਲ ਉਹ ਫਾਰਕ ਅਸੀਂ ਬਾਂਦ ਕੀ ਮੋਹਨ ਅਗਲੇ ਸੈਕਟਰੀ ਬਣ ਗਿਆ ਸੀ ਉਸ ਤੋਂ ਬਾਅਦ ਸ਼ਸ਼ੀ ਥਰੂਰ ਉਥੋਂ ਨਿਕਲਦੇ ਨੇ ਤੇ ਭਾਰਤ ਦੀ ਸਿਆਸਤ ਵੱਲ ਮੁਹਰ ਲੈਦੇ ਨੇ ਭਾਰਤ ਦੀ ਸਿਆਸਤ ਵਿੱਚ ਆ ਕੇ ਉਹਨਾਂ ਨੇ ਆਪਣੇ ਵਿਚਾਰਾਂ ਨਾਲ ਰਾਦੀ ਮਿਲਦੀ ਪਾਰਟੀ ਕਾਂਗਰਸ ਜੁਆਇਨ ਕਰ ਲਈ ਇਥੋਂ ਫਿਰ ਲੋਕ ਸਭਾ ਮੈਂਬਰ ਵੀ ਬਣੇ ਤੇ ਮਨਿਸਟਰ ਵੀ ਰਹੇ ਕੁਝ ਗੱਲਾਂ ਕਰਕੇ ਬਾਅਦ-ਬਾਦ ਵੀ ਉਹਨਾਂ ਨਾਲ ਜੁੜੇ ਹੋਏ ਨੇ ਉਹ ਬ੍ਰਿਟਿਸ਼ ਕਲੋਨੀਅਲਿਜ਼ਮ ਜੋ ਵਸਤੀਬਾਦ ਭਾਰਤ ਦੇ ਵਿੱਚ ਬ੍ਰਿਟਿਸ਼ ਰਾਜ ਰਿਹਾ ਉਸ ਦੇ ਖਿਲਾਫ ਦੁਨੀਆ ਦੀਆਂ ਸਟੇਜਾਂ ਦੇ ਉੱਪਰ ਘੋਕ ਠੋਕ ਕੇ ਬੋਲਣ ਵਾਲੇ ਉਹਨਾਂ ਦੇ ਬਿਆਨ ਅਕਸਰ ਦੇਖੇ ਪੜੇ ਜਾ ਸਕਦੇ ਨੇ ਲਿਖਦੇ ਵੀ ਨੇ ਆਰਟੀਕਲ ਵੀ ਲਿਖਦੇ ਨੇ ਕਾਫੀ ਉਹ ਕਾਫੀ ਉਹਨਾਂ ਕੋਲ ਆਲ ਰਾਉਂਡਰ ਕਿਸਮ ਦੀ ਪਰਸਨਲਿਟੀ ਉਹ ਸ਼ਸ਼ੀ ਥਰੂਰ ਨੇ ਜੀ ਪਰ ਇਸ ਮਾਮਲੇ ਦੇ ਵਿੱਚ ਜਿਵੇਂ ਮੈਂ ਯੂਨਾਈਟਿਡ ਨੇਸ਼ਨ ਦੀ ਗੱਲ ਕੀਤੀ ਹੈ ਕਿ ਉਹ ਕਹਿੰਦੇ ਸੀ ਕਿ ਸਾਨੂੰ ਇਦਾਂ ਦਾ ਸਕੱਤਰ ਨਹੀਂ ਚਾਹੀਦਾ ਜਿਹੜਾ ਆਪਣਾ ਮਾਇੰਡ ਰੱਖਦਾ ਹੋਵੇ ਤੇ ਆਪਣੀ ਗੱਲ ਵੀ ਕਰਦਾ ਹੋਵੇ ਸਾਨੂੰ ਤੇ ਆਪਣੇ ਇਸ਼ਾਰਿਆਂ ਵਾਲਾ ਚਾਹੀਦਾ ਹੂੰ ਕੀ ਕਾਂਗਰਸ ਦੇ ਮਾਮਲੇ 'ਚ ਗੱਲ ਸੱਚ ਨਹੀਂ ਜਾਪਦੀ ਕਾਂਗਰਸ ਤੇ ਮਲਕ ਅਜਨ ਖੜਗੇ ਦੇ ਖਿਲਾਫ ਕੋਈ ਗੱਲ ਨਹੀਂ ਹੈ ਮੰਨ ਲੈਂਦੇ ਆ ਪਰ ਕੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਤੇ ਹੋਰ ਜਿਹੜਾ ਉਹਨਾਂ ਦਾ ਗਲਵਾ ਹੈ ਇਸ ਕਾਂਗਰਸ ਪਾਰਟੀ ਦੇ ਉੱਪਰ ਕੀ ਉਸ ਨੂੰ ਛੱਡ ਸਕਣਗੇ? ਰਾਹੁਲ ਗਾਂਧੀ ਅੱਜ ਕਹਿ ਰਹੇ ਨੇ। ਲਓ ਜੀ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਡਾ ਕੀ ਰੋਲ ਹੋਵੇਗਾ ਪਾਰਟੀ ਵਿੱਚ? ਉਹ ਕਹਿੰਦੇ ਜੀ ਇਹ ਤਾਂ ਹੁਣ ਪਾਰਟੀ ਦੇ ਪ੍ਰਧਾਨ ਸਾਹਿਬ, ਪ੍ਰੈਜ਼ੀਡੈਂਟ ਸਾਹਿਬ ਜੋ ਕਹਿਣਗੇ ਜੋ ਮੇਰਾ ਰੋਲ ਹੋਵੇਗਾ ਉਹੀ ਹੋਵੇਗਾ। ਮੈਂ ਤੇ ਹੁਣ ਨਹੀਂ ਹੈ। ਮੈਂ ਬਿਲਕੁਲ ਉਸੇ ਤਰ੍ਹਾਂ ਠੀਕ ਇਸ ਬਿਆਨ ਨੂੰ ਰਿਲੇਟ ਕਰਦਾ। ਜਿਉਂ ਸਰ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਲੋਕ ਪੁੱਛਦੇ ਹੁੰਦੇ ਸੀ ਕਿ ਫਲਾਨੇ ਹਲਕੇ ਤੋਂ ਜਾਂ ਫਲਾਨੀ ਜਗ੍ਹਾ ਤੋਂ ਜਾਂ ਤੁਸੀਂ ਹੁਣ ਇਲੈਕਸ਼ਨ ਕਿੱਥੋਂ ਲੜਨੀ ਐ ਆਪਣੇ ਬਾਰੇ ਵੀ ਉਹਨਾਂ ਦੇ ਉਹ ਕਹਿੰਦੇ ਜੀ ਇਹ ਤਾਂ ਦੇਖੋ ਜੀ ਇਹ ਤਾਂ ਪਾਰਟੀ ਫੈਸਲਾ ਕਰੂਗੀ ਮੈਂ ਇਹਦੇ ਵਿੱਚ ਕੀ ਦੱਸ ਸਕਦਾ ਹੁਣ ਇਹ ਜੋਕ ਆਫ ਦਾ ਡੇ ਇਹਨੂੰ ਕਹਿ ਸਕਦੇ ਆਂ ਅਸੀਂ ਰਾਹੁਲ ਗਾਂਧੀ ਦੇ ਬਾਰੇ ਵੀ ਅਜੇ ਵੀ ਮੈਂ ਕਹਿ ਸਕਦਾ ਕਿ ਅਲਾਨੇ ਕਾ ਨਤੀਜੇ ਦੇ ਮੁਤਾਬਕ ਭਾਵੇਂ ਇੱਕ ਮਲਕਰਜਨ ਖੜ ਗਏ ਇੱਕ ਡੈਮੋਕਰੈਟਿਕ ਲੋਕਤੰਤ੍ਰਿਕ ਪ੍ਰਕਿਰਿਆ ਦੇ ਨਾਲ ਪ੍ਰਧਾਨ ਚੁਣੇ ਗਏ ਹੋਣ ਪਰ ਸਹੀ ਮਾਨੇ ਦੇ ਵਿੱਚ ਮਾਹਿਰ ਜਿਹੜੇ ਨੇ ਕਾਂਗਰਸੀ ਮੈਂ ਆਗੂ ਦੀ ਗੱਲ ਨਹੀਂ ਕਰਦਾ ਉਹ ਇਹੋ ਹੀ ਕਹਿ ਰਹੇ ਨੇ ਕਿ ਇਹ ਸਾਹਿਬ ਇਸ ਵੇਲੇ ਰਿਮੋਟ ਕੰਟਰੋਲ ਇਹਨਾਂ ਦਾ ਬੀਬੀ ਸੋਨੀਆ ਗਾਂਧੀ ਦੇ ਹੱਥ ਵਿੱਚ ਹੀ ਹੋਵੇਗਾ ਕਿਉਂਕਿ ਇੱਕ ਸਮਾਂ ਵਿੱਚ ਵਿਚਾਲੇ ਹੋ ਜਾਇਆ ਸੀ ਜਦੋਂ ਰਜੀਵ ਗਾਂਧੀ ਦਾ ਕਤਲ ਹੋ ਜਾਂਦਾ ਉਸ ਤੋਂ ਕੋਈ ਸਾਲ ਪਹਿਲਾਂ ਇੰਦਰਾ ਗਾਂਧੀ ਦਾ ਹੋਇਆ ਹੁੰਦਾ ਕਤਲ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੋ ਵੱਡੇ ਜੀਆਂ ਦੀ ਮੌਤ ਤੋਂ ਬਾਅਦ ਸੋਨੀਆ ਗਾਂਧੀ ਨੇ ਸੋਚਿਆ ਹੋਵੇਗਾ ਕਿ ਮੇਰੇ ਬੱਚੇ ਹਲੇ ਹਲੇ ਛੋਟੇ ਨੇ ਤੇ ਮੈਂ ਇਹਨਾਂ ਨੂੰ ਕਿਹੜੇ ਚੱਕਰ ਵਿੱਚ ਪਾਉਣਾ ਹੈ ਉਹ ਪੋਲਿਟਿਕਸ ਤੋਂ ਥੋੜਾ ਜਿਹਾ ਲੰਬੇ ਹੋ ਗਏ ਸੀ ਪਰ ਉਹ ਸਿਰਫ 1992 ਤੋਂ ਲੈ ਕੇ 98 ਤੱਕ ਦਾ ਪੀਰੀਅਡ ਸੀ ਉਸ ਵਿੱਚ ਕਾਂਗਰਸ ਦੀ ਸਰਕਾਰ ਵੀ 5 ਸਾਲ ਰਹੀ ਹੈ ਪਰ ਸੋਨੀਆ ਗਾਂਧੀ ਤਕਰੀਬਨ ਸੱਤਾ ਤੋਂ ਲੰਬੇ ਰਹੇ ਨੇ ਕੁਝ ਆਗੂਆਂ ਨੇ ਉਹਨਾਂ ਨੂੰ ਦੁਬਾਰਾ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸੇ ਚੱਕਰ ਦੇ ਵਿੱਚ ਉਹ ਇੱਕ ਹੋਰ ਕਾਂਗਰਸ ਦੇ ਨਿਕਲੇ ਹੋਏ ਸੈਕਟ ਨੂੰ ਵੀ ਕਵਾੜੀ ਗਰੁੱਪ ਨੂੰ ਵੀ ਉਹਨਾਂ ਨੇ ਸਪੋਰਟ ਦੇ ਦਿੱਤੀ ਸੀ ਪਰ ਫੇਰ ਗੱਲ ਅੱਜ ਉੱਥੇ ਜਿਹੜੀ ਹੈ ਉਹ ਖੜੀ ਹੋ ਗਈ ਹੈ ਕਾਂਗਰਸ ਸੈਂਟਰਲ ਇਲੈਕਸ਼ਨ ਅਥਾਰਟੀ ਦੇ ਚੇਅਰਮੈਨ ਮਧੂ ਸੁਧਨ ਮੈਸਤਰੀ ਜੋ ਹੈ ਚੋਣਾਂ ਕਰਵਾ ਰਹੇ ਸੀ ਅੰਦਰੂਨੀ ਤੌਰ ਤੇ ਕਾਂਗਰਸ ਦੇ ਵਿੱਚ ਉਹਨਾਂ ਨੇ ਡਿਟੇਲ ਦਿੱਤੀ ਹੈ ਤੇ ਬੇਨਿਜਮੀਆਂ ਦੇ ਜਿਹੜੇ ਦੋਸ਼ ਲੱਗੇ ਨੇ ਉਹਨਾਂ ਦਾ ਕੀ ਜਵਾਬ ਉਹਨਾਂ ਵੱਲੋਂ ਦਿੱਤਾ ਜਾਂਦਾ ਹੈ ਹਾਲ ਦੀ ਘੜੀ ਉਹਨਾਂ ਨੇ ਕਿਹਾ ਕਿ ਬਿਲਕੁਲ ਠੀਕ ਹੋਇਆ ਸਾਰਾ ਕੁਝ ਤੇ ਸ਼ਸ਼ੀ थरूर ਦਾ ਇਲਜ਼ਾਮ ਬਿਲਕੁਲ ਜਾਇਜ਼ ਨਹੀਂ ਹੈ ਪਰ ਕਾਂਗਰਸ ਹੁਣ ਜਿਹੜਾ ਤੁਸੀਂ ਸਵਾਲ ਅਖੀਰ ਦੇ ਵਿੱਚ ਪੁੱਛਿਆ ਸੀ ਕਿ ਕੀ ਕਾਂਗਰਸ ਖੜੀ ਹੋ ਸਕੇਗੀ ਇਸ ਗੱਲ ਦੇ ਬਾਰੇ ਬਹੁਤ ਸਾਰੇ ਡਾਊਟ ਨੇ ਭਾਰਤੀ ਜਨਤਾ ਪਾਰਟੀ ਬਹੁਤ ਜ਼ਿਆਦਾ ਮਜ਼ਬੂਤ ਹੋ ਚੁੱਕੀ ਪਾਰਟੀ ਹੈ ਤੇ ਦੂਸਰਾ ਹੁਣ ਇਹ ਵੀ ਦੇਖਣਾ ਪਵੇਗਾ ਕਿ ਸ਼ਸ਼ੀ थरूर ਜੋ ਹਾਰ ਗਏ ਨੇ ਤੇ ਇਲਜ਼ਾਮ ਲਾ ਰਹੇ ਨੇ ਕਿ ਚੋਣਾਂ ਦੇ ਵਿੱਚ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ ਕੀ ਕਿਤੇ ਸ਼ਸ਼ੀ थरूर ਵੀ ਕਿਤੇ ਪਲਟੀ ਤਾਂ ਨਹੀਂ ਮਾਰ ਜਾਣਗੇ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਨਾਂ ਦੇ ਸਬੰਧ ਠੀਕ ਠਾਕ ਦੱਸੇ ਜਾਂਦੇ ਨੇ ਤੇ ਜਦੋਂ ਸੰਯੁਕਤ ਰਾਸ਼ਟਰ ਤੋਂ ਵਾਪਸ ਆਉਂਦੇ ਨੇ ਤੇ ਉਹਨਾਂ ਨੂੰ ਅਪਰੋਚ ਦੋਵਾਂ ਪਾਰਟੀਆਂ ਵੱਲੋਂ ਹੋਈ ਸੀ ਕਾਂਗਰਸ ਵੱਲੋਂ ਵੀ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਪਰ ਵਿਚਾਰਕ ਧਰ ਤੌਰ ਤੇ ਜੁੜੇ ਹੋਣ ਦੇ ਨਾਤੇ ਉਹਨਾਂ ਨੇ ਕਾਂਗਰਸ ਨੂੰ ਚੁਣਿਆ ਸੀ ਇੱਕ ਤੇ ਇਹ ਕਿ ਉਹਨਾਂ ਦੇ ਜਾਣ ਨਾਲ ਕਿੰਨਾ ਵੱਡਾ ਫਰਕ ਪੈਂਦਾ ਇਹ ਵੀ ਦੇਖਣਾ ਪਏਗਾ। ਦੂਸਰਾ ਹੈ ਕਿ ਮਲਕ ਅਰਜਨ ਖੜਗੇ ਦੀ ਅਪੀਲ ਕਿਉਂ ਜੀ ਹੈ? ਉਹ ਕਿ ਕਿਸ ਹੱਦ ਤੱਕ ਉਹਨਾਂ ਦੀ ਪਹੁੰਚ ਹੈ? ਕਿ ਦਲਿਤ ਭਾਈਚਾਰੇ ਨੂੰ ਕੇਂਦਰਿਤ ਕਰਕੇ ਕਾਂਗਰਸ ਨੇ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੇ ਇਹ ਸੁਨੇਹਾ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਤੇ ਸ਼ਾਇਦ ਇਸ ਮਾਮਲੇ 'ਚ ਉਹ ਫੇਲ ਹੋ ਜਾਣ। ਕਰਨਾਟਕ ਦੇ ਵਿੱਚ ਮਲਕ ਅਰਜਨ ਖੜਗੇ ਦਾ ਆਧਾਰ ਹੈ। ਪਰ ਉੱਤਰੀ ਭਾਰਤ ਤੇ ਹੋਰ ਖੇਤਰਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਆਧਾਰ ਨਹੀਂ ਹਾਂ। ਜੇ ਰਮੋਡ ਕੰਟਰੋਲ ਬੀਬੀ ਸੋਨੀਆ ਗਾਂਧੀ ਦੇ ਕੋਲ ਰਹੇਗਾ ਜਾਂ ਰਾਹੁਲ ਗਾਂਧੀ ਦੇ ਕੋਲ ਰਹੇਗਾ ਫੇਰ ਤੇ ਕੋਈ ਫਰਕ ਨਹੀਂ ਪੈਣਾ ਫੇਰ ਤੇ ਡਿਸੀਜਨ ਉਹ ਲੈਣਗੇ ਜੇ ਖੜਕੇ ਸਾਹਿਬ ਲੈਂਦੇ ਨੇ ਡਿਸੀਜਨ ਤੇ ਉਹਨਾਂ ਦੀ ਪਾਰਟੀ ਵਰਕਰਾਂ ਤੱਕ ਜਾਂ ਪਾਰਟੀ ਦੇ ਜਿਹੜੇ ਚੰਗੇ ਨੁਮਾਇੰਦੇ ਨੇ ਦੇਸ਼ ਦੇ ਹੋਰ ਨਾ ਖੇਤਰਾ ਵਿੱਚ ਫੈਲੇ ਹੋਏ ਉਹਨਾਂ ਨਾਲ ਕਿਹੋ ਜੀ ਸਾਂਝ ਪਵੇਗੀ ਇਸ ਗੱਲ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਇਹ ਚੋਣ ਵਿਰੋਧੀਆਂ ਨੂੰ ਕਿਹਾ ਗਿਆ ਕਿ ਤੁਸੀਂ ਦੇਖੋ ਤੁਸੀਂ ਪ੍ਰਧਾਨ ਚੁਣ ਲੈਂਦੇ ਹੋ ਆਪਣਾ ਆ ਦੇਖੋ ਸਾਡੀ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਐ ਅਸੀਂ ਕਹਿੰਦੇ ਆ ਕਿ ਸਾਡਾ ਹਰ ਪਿੰਡ ਦੇ ਵਿੱਚ ਇੱਕ ਵਰਕਰ ਹੈ ਇੱਕੋ ਇੱਕ ਪਾਰਟੀ ਹੈ ਹਰ ਕਸਬੇ ਵਿੱਚ ਹਰ ਪਿੰਡ 'ਚ ਹਰ ਖੁੰਜੀ 'ਚ ਸਾਡਾ ਇੱਕ ਇੱਕ ਵੋਟਰ ਵਰਕਰ ਬੈਠਾ ਹੋਇਆ ਇਸ ਗੱਲ ਦਾ ਮਾਣ ਕੀਤਾ ਜਾਂਦਾ ਪਰ ਪਰਸੈਂਟੇਜ ਕਿੱਥੇ ਗਈ ਆ ਕੀ ਅਸੀਂ 24 ਦੀਆਂ ਚੋਣਾਂ ਦੇ ਵਿੱਚ ਕੀ ਕਾਂਗਰਸ ਪਾਰਟੀ ਕੁਝ ਕਰ ਸਕਾਂਗੇ ਸੋਚਦੇ ਹੋਣਗੇ ਅਜੇ ਤੱਕ ਕੁਝ ਨਹੀਂ ਆ ਬਲਕਰਜਨ ਖੜਗੇ ਨੂੰ ਬਣਾ ਕੇ ਇੱਕ ਬੜਾ ਸੌਫਟ ਜਿਹਾ ਸੰਕੇਤ ਜਿਹੜਾ ਹੈ ਉਹ ਕਾਂਗਰਸ ਦੇ ਵਰਕਰਾਂ ਨੇ ਦਿੱਤਾ ਅਜੇ ਵੀ ਮੈਂ ਕਹਿ ਸਕਦਾ ਕਿ ਜਿਸ ਉਮੀਦਵਾਰ ਨੂੰ ਗਾਂਧੀ ਪਰਿਵਾਰ ਦਾ ਥਾਪੜਾ ਸੀ ਉਸ ਨੂੰ ਬਣਾ ਕੇ ਵਰਕਰਾਂ ਨੇ ਵੀ ਇਹ ਦਰਸਾਇਆ ਕਿ ਸਾਡਾ ਸਾਡੀਆਂ ਜਿਹੜੀਆਂ ਵਫਾਦਾਰੀਆਂ ਨੇ ਨਾ ਉਹ ਅਜੇ ਵੀ ਗਾਂਧੀ ਤੇ ਨਹਿਰੂ ਪਰਿਵਾਰ ਦੇ ਨਾਲ ਨੇ ਵਿੱਚ ਵਿਚਾਲੇ ਕੋਈ ਆ ਜਾਂਦਾ ਹੈ ਕੋਈ ਸਾਨੂੰ ਫਰਕ ਨਹੀਂ ਹੈ ਪਰ ਪਾਰਟੀ ਦੀ ਕਮਾਨ ਜਿਹੜੀ ਹੈ ਅਸਲੀ ਵਾਗ ਡੋਰ ਜਿਹੜੀ ਹੈ ਉਹ ਇਸੇ ਪਰਿਵਾਰ ਦੇ ਹੱਥ ਰਹਿਣੀ ਚਾਹੀਦੀ ਹੈ ਇਹ ਮੰਨੇ ਹੋਏ ਨੇ ਜੀ ਜੇਸੀਂ ਪੰਜਾਬ ਦੀ ਗੱਲ ਵੀ ਕਰੀਏ ਪੰਜਾਬ ਦੇ ਆਗੂਆਂ ਵਿੱਚੋਂ ਵੀ ਕੋਈ ਬੋਲਦੇ ਹੋਣਗੇ ਅੱਛਾ ਦੋ ਤਿੰਨ ਆਗੂਆਂ ਨੇ ਛੱਡੀ ਵੀ ਹੈ ਪਾਰਟੀ ਗੁਲਾਮ ਨਬੀ আজাদ ਛੱਡ ਗਏ ਨੇ ਕਪਲ ਸਿਪਲ ਛੱਡ ਗਏ ਨੇ ਹੋਰ ਵੀ ਛੱਡ ਗਏ ਨੇ ਉਹਨਾਂ ਨੇ ਕਿਹਾ ਸੀ ਕਿ ਜਿੱਥੇ ਬੰਦਕ ਟਾਂਚਾ ਬਦਲੀ ਕਰਨ ਦੀ ਲੋੜ ਹੈ ਮੈਂ ਨਹੀਂ ਸਮਝਦਾ ਕਿ ਗੁਲਾਮ ਨਬੀ আজাদ ਦੇ ਹੁੰਦੇ ਆ ਤਾਂ ਕਪਲ ਸਿਪਲ ਦੇ ਹੁੰਦੇ ਆ ਤੇ ਹੋਰ ਕਈ ਵੱਡੇ ਆਗੂਆਂ ਦੇ ਹੁੰਦੇ ਆ ਉਹ ਮਲਕਾਰਜਨ ਖੜਗੇ ਨੂੰ ਬਣਾਇਆ ਜਾ ਸਕਦਾ ਸੀ ਇਹ ਸੇਫ ਗੇਮ ਜਿਹੀ ਖੇਡੀ ਹੈ ਇਹਨਾਂ ਨੇ ਕਾਂਗਰਸ ਨੇ ਪਰ ਮੈਨੂੰ ਇਹਦਾ ਕੋਈ ਬਹੁਤਾ ਫਾਇਦਾ ਹੁੰਦਾ ਦਿਸਦਾ ਨਹੀਂ ਨੇੜ ਭਵਿੱਖ ਦੇ ਵਿੱਚ ਔਰ ਵੰਡੀ ਹੋਈ ਹੈ ਪਾਰਟੀ ਅਦਰੂਨੀ ਤੌਰ ਤੇ ਉਹ ਜਿਹੜਾ ਖੜਕੇ ਦਾ ਬਿਆਨ ਹੈ ਕਿ ਦਿਲ ਨਹੀਂ ਮਿਲਦੇ ਤੇ ਹੱਥ ਮਿਲਾ ਕੇ ਚਲੋ ਇਹ ਹੱਥ ਇੱਥੇ ਮਿਲ ਜਾਂਦੇ ਨੇ ਉੱਥੇ ਜਾ ਕੇ ਛੁੱਟ ਜਾਂਦੇ ਨੇ ਇਸ ਤੋਂ ਵੱਧ ਕੁਝ ਨਹੀਂ